ਇੱਥੇ ਰਾਕਟ ਗੱਡੀ ਹੈ ਮੇਰੇ ਨਾਲ, ਇਹ ਰਾਕਟ ਗੱਡੀ ਦੇ ਡਰਾਈਵਰ ਹੀ ਮੇਰੇ ਕੋਲ ਖਲੋਤੇ ਨੇ, ਇਹ ਵਧਣ ਇਕੱਲੇ। ਇਹਨਾਂ ਕੋਲ ਪੁੱਛਦਿਆਂ ਵੀ ਤੁਸੀਂ ਇਕੱਲੇ ਕਿਉਂ ਵਧੇ ਹੋ, ਕੀ ਚੱਕਰ ਹੈ, ਨਾਲ ਤੁਸੀਂ ਬੰਦਾ ਕਿਉਂ ਨਹੀਂ ਰੱਖਦੇ। ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਕਰ ਦਿਓ। ਸਰ ਜੀ ਇਸ ਪਾਸੇ ਤਸ਼ਰੀਫ ਲਾਇਆ ਹੁਣ ਇਸ ਪਾਸੇ। ਸਰ ਜੀ ਕੀ ਹਾਲ ਚਾਲ ਹੈ, ਠੀਕ ਹੋ? ਠੀਕ ਠਾਕ, ਖੈਰ ਖਰੀਦ। ਇਹ ਦੱਸੋ ਇਕੱਲੇ ਕਿਉਂ ਵਧੇ ਹੋ ਤੁਸੀਂ? ਇਕੱਲਾ ਬਾਈ ਬੰਦਾ ਨਾਲ ਟਿਕਦਾ ਕੋਈ ਨਹੀਂ ਹੈ, ਅਤੇ ਨਾ ਕੋਈ ਅੱਜ ਕੱਲ੍ਹ ਦੇ ਬੰਦੇ ਹਨ ਉਹ ਜਿਹੜੇ ਡਰਾਈਵਰੀ ਪਹਿਲੇ ਸਿੱਖਦੇ ਹਨ ਸ਼ੌਂਕ ਨਾਲ, ਯਾਰਾਂ ਦੇ ਆਣ, ਠੀਕ ਹੈ, ਅਤੇ ਮਜਬੂਰਨ ਤੌਰ 'ਤੇ ਚਲਾਉਣੀ ਪੈਂਦੀ ਹੈ ਇਕੱਲਿਆਂ। ਅੱਛਾ, ਇਹ ਗੱਡੀ ਆਪਣੀ ਤੁਹਾਡੀ? ਨਹੀਂ ਜੀ, ਮੁਲਾਜ਼ਮਤ ਕਰਦੇ ਹਾਂ। ਮਤਲਬ ਡਰਾਈਵਰ ਹੋ ਤੁਸੀਂ? ਹਾਂਜੀ। ਅਤੇ ਇਹ ਕੀ ਵਜ੍ਹਾ ਕੀ ਹੈ ਰਾਕਟਾਂ 'ਤੇ ਦੂਆ ਬੰਦਾ ਕਿਉਂ ਨਹੀਂ ਟਿਕਦਾ? ਇੱਕ ਅੱਗੇ ਗੱਡੀ ਵਾਲੇ ਨਾਲ ਹੀ ਮੇਰੀ ਮੁਲਾਕਾਤ ਹੋਈ, ਉਹ ਵੀ ਵਿਚਾਰਾ ਇਕੱਲਾ ਉਹਦਾ, ਕੀ ਚੱਕਰ? ਮਾਲਕ ਪੈਸੇ ਦਿੰਦੇ ਨਹੀਂ ਦੂਸਰੇ ਬੰਦੇ ਦੇ, ਮੁੜ ਬੰਦਾ ਤਨਖਾਹਾਂ ਥੋੜ੍ਹੀਆਂ, ਯਾਰਾਂ ਦਾ ਤਨਖਾਹ ਹੁੰਦੀ ਹੈ। ਅੱਛਾ, ਮੁੜ ਆਵਾਮ ਇੱਕ ਚੱਕਰ ਲਵਾਉਂਦੀ ਹੈ, ਵੱਜ ਜਾਂਦੇ ਨੇ। ਹਾਂਜੀ। ਔਰ ਦੋਸਤੋ ਬਾਈ ਹੋਰ ਯਾਦ ਦਿਨ ਵੀ ਇਹ ਰਾਕਟ ਗੱਡੀ ਦੀ ਕਮਾਈ ਉਹ ਕੁਝ ਅਤੇ ਦੋ ਡਰਾਈਵਰਾਂ ਦਾ ਖਰਚਾ ਨਹੀਂ ਪੂਰਾ ਹੁੰਦਾ, ਇੰਨੇ ਨਾ? ਬਿਲਕੁਲ ਜੀ। ਨਾਂ ਆਪਣਾ ਕੀ ਦੱਸਿਆ? ਮੁਨਾਵਰ ਇਮਰਾਨ। ਮੁਨਾਵਰ ਇਮਰਾਨ, ਠੀਕ ਹੋ ਗਿਆ। ਅਤੇ ਝੋਖੇ ਕਮਾ ਲੈਂਦੇ ਹੋ ਮਹੀਨੇ ਦੇ? ਤਕਰੀਬਨ ਸਾਡੀ ਤਨਖਾਹ ਬਣ ਜਾਂਦੀ ਹੈ 25-26 ਹਜ਼ਾਰ ਰੁਪਈਆ। ਨਹੀਂ, ਗੱਡੀ ਗੱਡੀ ਮਹੀਨੇ ਦਾ ਇਹੋ 50-1 ਹਜ਼ਾਰ ਰੁਪਏ ਕੱਢ ਦਿੰਦੀ, ਦੋ ਚੱਕਰ 3 ਚੱਕਰ ਮਸਲ ਆਉਂਦੀ ਹੈ, ਕੰਮ ਦਿੰਦੇ ਹੈ ਨਾ ਕੋਈ ਨਹੀਂ। ਅਤੇ ਦੋ ਚੱਕਰ ਲੈਂਦੇ ਹੋ ਮਹੀਨੇ ਸਿਰਫ? ਹਾਂਜੀ, ਦੋ ਹੀ ਲੱਗਦੇ ਹਨ ਕਿਉਂਕਿ ਮਾਲ ਹੈ ਨਾ ਕੋਈ ਨਹੀਂ, ਲੋਕਲ ਆਉਂਦਾ ਹੈ, 10-12 ਹਜ਼ਾਰ ਦਾ ਮਾਲ ਉਦੋਂ ਲਾਦ ਕੇ ਲੋਕਲ, 2-4 ਸਟਾਫ ਲਾਦ ਕੇ ਆਉਂਦਾ ਹੈ। ਡੀਜ਼ਲ ਮੰਗ ਹੋਇਆ, ਕਿਰਾਇਆ ਕੋਈ ਨਾ ਵਧੇ? ਕੋਈ ਨਾ ਜੀ, ਕਿਰਾਇਆ ਕੋਈ ਨਹੀਂ ਵਧਦੇ, ਕਿਰਾਇਆ ਉਹ ਥਾਂ ਹੀ ਹੈ ਜਿੱਥੇ ਪਹਿਲੇ ਹਨ। ਇਹ ਕੀ ਚੱਕਰ ਹੈ? ਬਸ ਜੀ, ਇਹ ਮੁੜ ਅੱਡੇ ਵਾਲਿਆਂ ਦੀ ਕੋਈ ਗਫਲਤ ਹੈ, ਅਤੇ ਕੋਈ ਸਾਡੇ ਜਿਹੜੇ ਡਰਾਈਵਰ ਬਿਰਾਣ ਉਹ ਨਹੀਂ ਖਲੋਂਦੇ, ਗੱਡੀਆਂ ਖਾਲੀ ਲੈ ਕੇ ਆਵੇ ਜਾਂਦੇ ਪੰਜਾਬ ਵਿੱਚ ਸਿੰਧ, ਮੁੜ ਉਹਨਾਂ ਦੀ ਵਜ੍ਹਾ ਤੋਂ ਮਾਰਕੀਟ ਨਾ ਚੜ੍ਹ ਦਈਏ ਅਤੇ ਨਾ ਅਗਲੇ ਵਧਾਉਂਦੇ ਕਿਉਂਕਿ ਗੱਡੀਆਂ ਜ਼ਿਆਦਾ ਹੋ ਜਾਂਦੀਆਂ। ਸਹੀ। ਹਾਂਜੀ। ਅਤੇ ਹੁਣ ਜਿੱਥੇ ਤੁਸੀਂ ਖਲਿਓ ਕਿਹੜਾ ਇਲਾਕਾ, ਅਤੇ ਕਿਹਦੇ ਜਾਸੋ ਤੁਸੀਂ, ਕਿਹਦੇ ਹੁਣ ਕਿਦੂ ਦਾ ਮਾਲ ਲੋਡ ਕਰਿਆ ਸੀ? ਅਸੀਂ ਸ਼ਹਿਜ਼ਾਦਪੁਰ ਖਲੋਤੋਂ ਹੈ, ਸਾਡੀ ਦਿਲ ਦੀ ਹਸਰਤ ਹੈ ਜੀ, ਅਸੀਂ ਫੈਸਲਾਬਾਦ, ਖੁਸ਼ਾਬ ਜਾਂ ਸਰਗੋਦਾ ਜਾਈਏ। ਅੱਛਾ। ਹਾਂਜੀ, 2 ਦਿਨ ਹੋ ਗਏ ਮਾਲ ਕੋਈ ਨਹੀਂ ਮਿਲਦਾ ਪਿਆ। ਨਹੀਂ, ਤੁਸੀਂ ਇੱਥੇ ਕਦੋਂ ਆਇਆ? ਅਸੀਂ ਇੱਥੇ ਆਇਆ ਸੀ ਜੀ ਆਪਣਾ ਜੁੰਮੇ ਨੂੰ। ਅੱਛਾ। ਹਾਂਜੀ, ਜੁੰਮੇ ਨੂੰ ਆਇਆ? ਜੁੰਮੇ ਨੂੰ ਆਇਆ। ਅੱਜ ਕੀ ਵਾਰ ਹੈ? ਅੱਜ ਹਫ਼ਤਾ ਹੋ ਗਿਆ ਜੀ, ਅੱਜ ਸੋਮਵਾਰ ਹੋ ਗਿਆ। ਸੁਬਹ ਹੋ ਜਾ ਸੀ ਲੋਡ ਤੁਹਾਡੀ ਗੱਡੀ? ਹਾਂਜੀ, ਸੁਬਹ ਇਨਸ਼ਾਅੱਲਾ ਹੋ ਜਾ ਸੀ। ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਕਰਿਆ, ਔਰ ਨਾਲ ਲੱਗੇ ਹੋਏ ਘੰਟੇ ਦੇ ਬਟਨ ਨੂੰ ਹਾਲਤ ਕਰ ਦਿਓ, ਤਾਂ ਕਿ ਮੈਂ ਮਜ਼ੀਦ ਇਹੋ ਜਿਹੀ ਵੀਡੀਓ ਲੈ ਕੇ ਨਾ ਹਾਜ਼ਰ ਹੁੰਦਾ ਰਹਾਂ, ਨਾਲੇ ਮੇਰੀ ਹੌਸਲਾ ਅਫਜ਼ਾਈ ਹੋ ਜਾਂਦੀ ਚੈਨਲ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ। ਅਤੇ ਬਹੁਤ ਸ਼ੁਕਰੀਆ ਮੁਨਵਰ ਬਾਈ। ਠੀਕ ਹੈ। ਅਤੇ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।